ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਲਾਡੋਵਾਲ ਟੋਲ ਪਲਾਜ਼ਾ 'ਤੇ ਇੱਕ ਵਾਰ ਫਿਰ ਤੋਂ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਤਾਂ ਇਕੱਠੇ ਹੋਏ ਨੇ। ਇਸ ਦੇ ਨਾਲ ਨਾਲ ਟਰੱਕ ਯੂਨੀਅਨ ਅਤੇ ਟੈਂਪੂ ਯੂਨੀਅਨ ਨੂੰ ਵੀ ਜਿਹੜਾ ਸੱਦਾ ਦਿੱਤਾ ਗਿਆ। ਆਖਿਰ ਕੀ ਵਜ੍ਹਾ ਰਹੀ ਹੈ, ਕਿਉਂਕਿ ਬੀਤੇ 2 ਦਿਨ ਪਹਿਲਾਂ ਹੀ ਹਾਈਕੋਰਟ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਸੀ, ਕਿਉਂਕਿ ਲਗਾਤਾਰ ਲਾਡੋਵਾਲ ਟੋਲ ਪਲਾਜ਼ਾ ਨੂੰ ਕਿਸਾਨਾਂ ਦੇ ਵੱਲੋਂ ਬੰਦ ਕਰਨ ਦਾ ਜੋ ਐਲਾਨ ਕੀਤਾ ਸੀ, ਇਸੇ ਦੇ ਚੱਲਦੇ ਲਾਡੋਵਾਲ ਟੋਲ ਪਲਾਜ਼ਾ ਬੰਦ ਸੀ। ਤਾਂ ਉਸੇ ਟੋਲ ਪਲਾਜ਼ਾ 'ਤੇ ਅਸੀਂ ਖੜ੍ਹੇ ਹਾਂ, ਲਾਡੋਵਾਲ ਟੋਲ ਪਲਾਜ਼ਾ 'ਤੇ। ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਰੇਟ ਦੀ ਕਮੀ ਨੂੰ ਲੈ ਕੇ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਨੂੰ ਜਿਹੜਾ ਬੰਦ ਕੀਤਾ ਗਿਆ ਸੀ। ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰਧਾਨ ਜੀ ਨੇ। ਪ੍ਰਧਾਨ ਜੀ, ਕੀ ਵਜ੍ਹਾ ਰਹੀ ਅੱਜ ਮੁੜ ਤੋਂ ਜਿਹੜਾ ਇਕੱਠੇ ਹੋਏ ਹੋ? ਆਪਣਾ ਜਿਹੜਾ ਧਰਨਾ 16 ਤੋਂ ਚੱਲਦਾ ਸੀ, 30 ਨੂੰ ਬੰਦ ਕਰ ਗਏ ਸੀ। 2 ਮੀਟਿੰਗਾਂ ਸਾਡੀਆਂ ਪ੍ਰਸ਼ਾਸਨ ਨਾਲ ਹੋਈਆਂ, ਮੀਟਿੰਗਾਂ 'ਚ ਸਾਡੀ ਪੂਰੀ ਗੱਲ ਸੁਣੀ ਗਈ ਪ੍ਰਸ਼ਾਸਨ ਵੱਲੋਂ, ਪਰ ਕਿਤੇ ਨਾ ਕਿਤੇ NHIA ਜਿਹੜਾ ਉਹ ਇੱਥੇ ਪੋਜ਼ੀਟਿਵ ਨਹੀਂ ਹੈਗਾ, ਸਾਡੀ ਗੱਲ ਆ ਜਿਹੜੀ ਨਹੀਂ ਸੁਣ ਰਿਹਾ ਪੂਰੀ। ਔਰ ਉਹ ਮੀਟਿੰਗਾਂ 'ਚ ਵੀ ਸਾਡੀ ਗੱਲ ਉਹਨਾਂ ਨੇ ਨਹੀਂ ਸੁਣੀ। ਜਿਹੜੇ DC ਸਾਹਿਬ ਨੇ ਲੈਟਰ ਵਗੈਰਾ ਦਿੱਤੇ ਸੀ, ਉਹ ਵੀ ਉਹਨਾਂ ਨੇ ਜਵਾਬ ਨਹੀਂ ਦਿੱਤਾ ਕੋਈ। ਉਹਨਾਂ ਨੇ ਹਾਈਕੋਰਟ ਦਾ ਰੁੱਖ ਤਿਆਰ ਕਰਕੇ ਹਾਈਕੋਰਟ 'ਚ ਰਿੱਟ ਦਾਇਰ ਕਰ ਲਈ, ਕਿਉਂਕਿ ਅਸੀਂ ਇੱਕ ਚੀਜ਼ ਸਾਡੇ ਸਮਝ 'ਚ ਆਈ ਆ ਵੀ ਜਿੰਨੀਆਂ ਵੀ ਕੰਪਨੀਆਂ ਨੇ ਜਿਹੜੀਆਂ ਉੱਪਰੋਂ ਆਉਂਦੀਆਂ ਨੇ, ਕੰਪਨੀਆਂ ਬਾਹਰੋਂ ਜਿੰਨੀਆਂ ਦਿੱਲੀ ਵੱਲੋਂ ਆਉਂਦੀਆਂ ਨੇ, ਉਹ ਸਾਰੀਆਂ ਨੂੰ ਇਹ ਹੁੰਦਾ ਵੀ ਅਸੀਂ ਹਾਈਕੋਰਟ ਰਿੱਟ ਦਾਇਰ ਕਰਾਂਗੇ, ਆਪਣੇ ਹੱਕ 'ਚ ਫੈਸਲਾ ਕਰਾ ਲਾਂਗੇ। ਹੁੰਦਾ ਵੀ ਐਂ ਆ, ਅਤੇ ਸਾਡੀ ਉਹ 'ਚ ਸੁਣਵਾਈ ਨਾ ਹੋਣ ਕਰਕੇ ਇਹ ਟੋਲ ਪਲਾਜ਼ਾ ਅੱਜ ਚਾਲੂ ਹੋਣ ਜਾ ਰਿਹਾ ਸੀ, ਜਿਸ ਕਰਕੇ ਅਸੀਂ ਅੱਜ ਇੱਥੇ ਆਏ ਹਾਂ। ਪ੍ਰਧਾਨ ਜੀ, ਲਗਾਤਾਰ 2 ਮੀਟਿੰਗਾਂ ਹੋਈਆਂ, ਬੇਸਿੱਟਾਂ ਰਹੀਆਂ ਮੀਟਿੰਗਾਂ, ਕਿਤੇ ਨਾ ਕਿਤੇ ਹਾਈਕੋਰਟ ਦਾ ਰੁੱਖ ਕੀਤਾ ਗਿਆ, ਉਸ ਦੇ ਵਿੱਚ ਕੀ ਸੁਣਵਾਈ ਹੋਈ, ਕਿਸ ਤਰੀਕੇ ਦੀ ਗੱਲਬਾਤ ਹੋਈ? ਹਾਈਕੋਰਟ ਜਦੋਂ ਸਾਡੇ ਵਕੀਲ ਸਾਹਿਬ ਨੇ ਜਿਹੜੀ ਐਪਲੀਕੇਸ਼ਨ ਲਾਈ ਸੀ ਜੱਜ ਸਾਹਿਬ ਨੂੰ ਜਦੋਂ ਦੱਸਣ ਦੀ ਕੋਸ਼ਿਸ਼ ਕੀਤੀ, ਤਾਂ ਉਹਨਾਂ ਨੇ ਕਿਹਾ ਵੀ ਨਹੀਂ, ਇਹਦੇ ਵਿੱਚ ਨਹੀਂ ਤੁਸੀਂ ਸੁਣਵਾਈ ਕਰ ਸਕਦੇ, ਆਪਣਾ ਅਲੱਗ ਰਿੱਟ ਦਾਇਰ ਕਰ ਲਓ ਅਤੇ ਤੁਸੀਂ ਅਲੱਗ ਸੁਣਵਾਈ ਕਰ ਲਾਂਗੇ ਤੁਹਾਡੀ। ਪਰ ਸਾਨੂੰ ਆਸ ਤਾਂ ਹੈ ਨਹੀਂ ਕੋਈ ਬਹੁਤੀ, ਪਰ ਫਿਰ ਵੀ ਅਸੀਂ ਰਿੱਟ ਦਾਇਰ ਕਰਾਂਗੇ ਵੀ ਕੱਲ੍ਹ ਨੂੰ ਇਹ ਨਾ ਹੋਵੇ ਵੀ ਕਿਤੇ ਗੱਲ ਰਹਿ ਜਾਵੇ ਵੀ ਜਾਂ ਇਹ ਹੋ ਸਕਦਾ ਰਿੱਟ ਲਾ ਲਈਏ ਸਾਡੇ ਹੱਕ 'ਚ, ਆਈ ਆਉਣੀ ਤਾਂ ਹੈ ਨਹੀਂ ਸਾਡੇ ਹੱਕ 'ਚ, ਪਰ ਫਿਰ ਵੀ ਅਸੀਂ ਲਾਵਾਂਗੇ। ਪਰ ਕੀ ਲੱਗਦਾ, ਸਰਕਾਰ ਨੇ ਵੀ ਆਪਣਾ ਪੱਖ ਰੱਖਿਆ, ਇਸ ਟੋਲ ਪਲਾਜ਼ਾ ਨੂੰ 1 ਮਹੀਨੇ ਤੋਂ ਉੱਤੇ ਤੁਸੀਂ ਬੰਦ ਰੱਖਿਆ? ਬਿਲਕੁਲ ਜੀ, ਸਰਕਾਰ ਨੇ ਉੱਥੇ, ਅਸੀਂ ਵੀ ਕੋਲ ਖੜ੍ਹੇ ਸੀ, ਜਿਹੜੀ ਗੱਲ ਸੱਚੀ ਉਹ ਸੱਚੀ ਹੁੰਦੀ ਆ। ਸਰਕਾਰ ਦੇ AG ਨੇ ਪੂਰੀ ਬਹਿਸ ਕੀਤੀ ਆ, ਸਾਡੀਆਂ ਜਿੰਨੀਆਂ ਮੰਗਾਂ ਸੀ, ਜਿੰਨਾ ਕੁਛ ਅਸੀਂ ਉਹਨਾਂ ਨੂੰ ਲਿਖ ਕੇ ਭੇਜਿਆ ਸੀ ਸਰਕਾਰ ਨੂੰ, ਉਹਨਾਂ ਨੇ ਸਾਰਾ ਜੱਜ ਸਾਹਿਬ ਦੇ ਸਾਹਮਣੇ ਰੱਖਿਆ। ਪਰ ਇੰਨੀ ਬਹਿਸ, ਅੱਧਾ ਘੰਟੇ ਦੇ ਲਗਭਗ ਬਹਿਸ ਚੱਲੀ ਆ, ਅੱਧੇ ਘੰਟੇ ਦੀ ਬਹਿਸ ਤੋਂ ਬਾਅਦ 'ਚ ਵੀ ਸਾਡੇ ਹੱਕ 'ਚ ਫੈਸਲਾ ਨਹੀਂ ਆਇਆ। ਬੜੀ ਨਿਰਾਸ਼ਾਜਨਕ ਗੱਲ ਆ ਇਹ ਵੀ ਕੋਰਟਾਂ ਸਾਡੀ ਗੱਲ ਕਿਉਂ ਨਹੀਂ ਸੁਣਦੀਆਂ, ਕੋਰਟਾਂ ਪਬਲਿਕ ਦੀ ਆਵਾਜ਼ ਕਿਉਂ ਨਹੀਂ ਸੁਣ ਰਹੀਆਂ ਵੀ ਇਹ ਪਬਲਿਕ ਦੀ ਆਵਾਜ਼ ਆ। ਕੰਪਨੀਆਂ ਦੇ ਹੱਕ 'ਚ ਵਾਰ ਵਾਰ ਫੈਸਲੇ ਕਿਉਂ ਕੀਤੇ ਜਾ ਰਹੇ ਨੇ, ਇਹੀ ਇੱਕ ਸਾਡੇ ਲਈ ਮੰਦਭਾਗੀ ਗੱਲ। ਹੁਣ ਅਗਲੀ ਰਣਨੀਤੀ ਕੀ ਆ, ਅੱਜ ਕਾਲ ਦਿੱਤੀ ਗਈ ਆ ਤੁਸੀਂ? ਕਾਲ 'ਤੇ ਹੁਣ ਅਸੀਂ ਆ ਗਏ ਹਾਂ, ਇਕੱਠੇ ਹੋਏ ਹਾਂ, ਹੁਣ ਅਸੀਂ ਅਗਲੀ ਆਪਣੀ ਰਣਨੀਤੀ ਤਿਆਰ ਕਰਦੇ ਹਾਂ ਵੀ ਸਾਨੂੰ ਪੱਕੇ ਤੌਰ 'ਤੇ ਇੱਥੇ ਬਹਿਣਾ ਚਾਹੀਦਾ ਕਿ ਦਿਨੇ ਬਹਿ ਕੇ ਰਾਤ ਨੂੰ ਜਾਣਾ ਚਾਹੀਦਾ, ਜੋ ਵੀ ਕੁਛ ਹੈਗਾ ਹੁਣ ਤੁਹਾਨੂੰ ਅਸੀਂ ਦੱਸ ਦਾਂਗੇ ਕਰਕੇ ਦੱਸੋ। ਕੀ ਲੱਗਦਾ ਕਿ ਹੁਣ ਤੁਸੀਂ ਪੱਕੇ ਤੌਰ 'ਤੇ ਜਿਹੜਾ ਮੋਰਚਾ ਫਿਰ ਤੋਂ ਲਾਉਣ ਜਾ ਰਹੇ, ਟੋਲ ਪਲਾਜ਼ਾ ਬੰਦ ਰੱਖਿਆ ਜਾਏਗਾ ਜਾਂ ਚਾਲੂ ਹਾਲਤ ਦੇ ਵਿੱਚ ਧਰਨਾ ਜਿਹੜਾ ਜਾਰੀ ਰੱਖਿਆ ਜਾਏਗਾ? ਬਿਲਕੁਲ ਜੀ, ਜਿੰਨਾ ਚਿਰ ਸਾਡੀਆਂ 3 ਮੰਗਾਂ ਮੁੱਖ ਨੇ, ਇਹ 3 ਨਹੀਂ ਮੰਨੀਆਂ ਜਾਂਦੀਆਂ, ਅਸੀਂ ਟੋਲ ਪਲਾਜ਼ਾ ਨਹੀਂ ਚੱਲਣ ਦਿਆਂਗੇ। 2 ਟੁੱਕ ਗੱਲ ਆ, ਸਾਫ਼ ਕਹਿੰਦੇ ਪ੍ਰਸ਼ਾਸਨ ਨੂੰ ਵੀ ਇਹ ਟੋਲ ਪਲਾਜ਼ਾ ਅਸੀਂ ਉਨਾ ਚਿਰ ਨਹੀਂ ਚੱਲਣ ਦਿਆਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਪਰ ਪੰਜਾਬ ਸਰਕਾਰ ਦੀ ਦਖਲ ਅੰਦਾਜ਼ੀ ਤੋਂ ਬਾਅਦ ਉਹਨਾਂ ਨੇ ਖੋਲ੍ਹਣ ਦਾ 4 ਹਫ਼ਤੇ ਦਾ ਸਮਾਂ ਮੰਗਿਆ, ਲੱਗਦਾ ਕਿ ਟੋਲ ਪਲਾਜ਼ਾ ਨੂੰ ਖੋਲ੍ਹਿਆ ਜਾਵੇਗਾ, ਤੁਸੀਂ ਕਹਿੰਦੇ ਧਰਨਾ ਜਾਰੀ ਰਹੇਗਾ, ਤਾਂ ਕਿਤੇ ਨਾ ਕਿਤੇ ਪੁਲਿਸ ਵੀ ਜਿਹੜੀ ਆ ਇਸ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਕਰ ਸਕਦੀ? ਦੇਖੋ ਜੀ, ਉਹ ਉਹਨਾਂ ਦਾ ਕੰਮ ਉਹਨਾਂ ਨੇ ਕਰਨਾ, ਜਿਹੜਾ ਸਾਡਾ ਕੰਮ ਉਹ ਅਸੀਂ ਕਰਨਾ। ਇਹ ਤਾਂ ਹੁਣ ਪ੍ਰਸ਼ਾਸਨ ਨੇ ਦੇਖਣਾ ਵੀ ਇੱਥੇ ਕਿੰਨੀ ਲੁੱਟ ਮੱਚਦੀ ਹੈ ਅਤੇ ਅਸੀਂ ਕੀ ਕਰਨਾ। ਸਾਡਾ ਕੰਮ ਆ ਇਹ ਲੁੱਟ ਨੂੰ ਰੋਕਣਾ, ਇਹ ਲੁੱਟ ਦੀ ਆਵਾਜ਼ ਉਠਾਉਣੀ, ਇਹ ਲੋਕਾਂ ਦੀ ਆਵਾਜ਼ ਆ, ਸਾਡੀ ਆਵਾਜ਼ ਨਹੀਂ ਹੈਗੀ, ਇਹ ਲੋਕਾਂ ਦੀਆਂ ਮੰਗਾਂ ਨੇ, ਲੋਕਾਂ ਪ੍ਰਤੀ ਸਾਰੀਆਂ ਮੰਗਾਂ ਨੇ ਜਿਹੜੀਆਂ, ਅਸੀਂ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਇੱਥੇ ਬੈਠੇ ਹਾਂ, ਨਾ ਕਿ ਕਿਸਾਨੀ ਮੰਗਾਂ ਨੇ। ਇਸ ਕਰਕੇ ਅਸੀਂ ਕਹਿੰਦੇ ਹਾਂ ਇਹਦੇ ਰੇਟ ਘੱਟ ਕਰੋ ਅਤੇ ਜਦੋਂ ਮਰਜ਼ੀ ਇਹਨੂੰ ਚਲਾ ਲਓ।
ਸੋ ਰੇਟ ਘੱਟ ਕਰੋ ਅਤੇ ਇਸ ਨੂੰ ਚਲਾ ਲਓ ਤਾਂ ਹੋਰ ਵੀ ਕਿਸਾਨ ਆਗੂ ਨੇ ਸਰ ਅੱਗੇ ਕਿਸ ਤਰੀਕੇ ਦੀ ਰਣਨੀਤੀ ਹੈ ਹੁਣ ਤੁਹਾਡੇ ਵੱਲੋਂ ਜਿਹੜੀ ਆ ਜਿਹੜੀ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਅਸੀਂ ਅੱਜ ਮੀਟਿੰਗ ਕਰਨ ਜਾ ਰਹੇ ਹਾਂ ਮੀਟਿੰਗ ਵਿੱਚ ਜੋ ਵੀ ਫੈਸਲਾ ਹੋਏਗਾ ਜੇ ਸਾਨੂੰ ਲੋੜ ਪਈ ਪੱਕਾ ਧਰਨਾ ਲਾਉਣ ਦੀ ਤਾਂ ਪੱਕਾ ਧਰਨਾ ਲਾਵਾਂਗੇ ਪਰ ਜਿੰਨੀ ਦੇਰ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਟੋਲ ਫਰੀ ਰਹੇਗਾ ਇਹ ਕਿਸੇ ਵੀ ਕੀਮਤ 'ਤੇ ਅਸੀਂ ਟੋਲ ਨੂੰ ਚਾਲੂ ਨਹੀਂ ਹੋਣ ਦਿਆਂਗੇ।